ਭਗਵੰਤ ਸਿੰਘ ਮਾਨ ਜਦ ਐਮ ਪੀ ਸੀ ਉਹ ਕਦੇ ਕਿਸੇ ਤੋਂ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਰਖਾਉਂਦੇ ਹੁੰਦੇ ਸੀ। ਜਦ ਦੇ ਮੁੱਖ ਮੰਤਰੀ ਬਣੇ ਉਦੋਂ ਬਾਅਦ ਤਾਂ ਕੋਈ ਇਹਨੂੰ ਦਿਹਾੜੀਦਾਰ ਨਹੀਂ ਦਿਖਿਆ, ਕੋਈ ਮਿਸਤਰੀ ਨਹੀਂ ਦਿਖਿਆ। ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ? ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇਊਗੀ, ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ। ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣਗੇ, ਖਾਸ ਆਦਮੀ ਪਾਰਟੀ ਕੇ ਪੀ। ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾਂ ਜਾਂ ਦੂਜੀ ਪਾਰਟੀਆਂ ਨੂੰ ਦੇ ਭਗੌੜਿਆਂ ਤੋਂ ਬਿਨਾਂ ਅਤੇ ਕਲਾਕਾਰਾਂ ਤੋਂ ਬਿਨਾਂ ਉਹਨਾਂ ਨੂੰ ਕੋਈ ਨਹੀਂ ਦਿਖਿਆ। ਜਿਹੜੇ ਵਾਲੰਟੀਅਰ ਦੀ ਗੱਲ ਕਰਦੇ ਸੀ, ਉਹ ਕਿੱਥੇ ਗਿਆ ਵਾਲੰਟੀਅਰ? ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ, ਕਿਉਂਕਿ ਮੈਨੂੰ ਵੀ ਤਕਰੀਬਨ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ, ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਹਿਲੇ ਦੋ ਸਥਾਨਾਂ 'ਚ ਆਮ ਆਦਮੀ ਪਾਰਟੀ ਪਹਿਲੇ ਦੋ ਸਥਾਨ ਨਹੀਂ ਪ੍ਰਾਪਤ ਕਰ ਸਕਦੀ, ਪਹਿਲੇ ਦੂਜੇ 'ਤੇ ਕੋਈ ਹੋਰ ਪਾਰਟੀਆਂ ਹੋਣਗੀਆਂ, ਇਹ ਨਹੀਂ ਆਉਂਦੀ। ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ। ਅਸੀਂ ਜੋ ਵੀ ਪਾਰਟੀ ਫੈਸਲਾ ਕਰੂਗੀ, ਜੋ ਹੁਕਮ ਲਾਊਗੀ, ਉਹ 'ਤੇ ਪੂਰੀ ਦ੍ਰਿੜਤਾ ਨਾਲ ਅਸੀਂ ਲੜਾਈ ਲੜਾਂਗੇ। ਤਾਂ ਖਾਸ ਹੀ ਆਮ ਤਾਂ ਹੁਣ ਹੈ ਹੀ ਨਹੀਂ, ਉਹ ਤਾਂ ਖਾਸ ਆਦਮੀ ਪਾਰਟੀ, ਉਹਦਾ ਨਾਮ ਬਦਲ ਜਾਣ ਲੱਗ ਚਾਹੀਦਾ ਹੈ। ਆਪ ਨਹੀਂ ਖਾਸ, ਕੇ ਏ ਐਸ ਖਾਸ ਹੋ ਜੂਗਾ, ਖਾਸ ਆਦਮੀ ਪਾਰਟੀ ਕੇ ਪੀ। ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾਂ ਜਾਂ ਦੂਜੀ ਪਾਰਟੀਆਂ ਨੂੰ ਦੇ ਭਗੌੜਿਆਂ ਤੋਂ ਬਿਨਾਂ ਅਤੇ ਕਲਾਕਾਰਾਂ ਤੋਂ ਬਿਨਾਂ ਉਹਨਾਂ ਨੂੰ ਕੋਈ ਨਹੀਂ ਦਿਖਿਆ। ਜਿਹੜੇ ਵਾਲੰਟੀਅਰ ਦੀ ਗੱਲ ਕਰਦੇ ਸੀ, ਉਹ ਕਿੱਥੇ ਗਿਆ ਵਾਲੰਟੀਅਰ? ਅੱਜ ਉਹ ਵਾਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ 'ਚ ਵਾਲੰਟੀਅਰਾਂ ਨੂੰ ਅਸੀਂ ਕਰਾਂਗੇ। ਆਮ ਭਗਵੰਤ ਸਿੰਘ ਮਾਨ ਜਦ ਐਮ ਪੀ ਸੀ ਉਹ ਕਦੇ ਕਿਸੇ ਤੋਂ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਰਖਾਉਂਦੇ ਹੁੰਦੇ ਸੀ। ਜਦ ਦੇ ਮੁੱਖ ਮੰਤਰੀ ਬਣੇ ਉਦੋਂ ਬਾਅਦ ਤਾਂ ਕੋਈ ਇਹਨੂੰ ਦਿਹਾੜੀਦਾਰ ਨਹੀਂ ਦਿਖਿਆ, ਕੋਈ ਮਿਸਤਰੀ ਨਹੀਂ ਦਿਖਿਆ। ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ? ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇਊਗੀ, ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ। ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣਗੇ। ਹੁਣ ਤੋਂ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ, ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ, ਅਸੀਂ ਕਿਹਾ ਅਸੀਂ ਹੋਰ ਕਿਸੇ 'ਚ ਰਲ ਹੀ ਨਹੀਂ ਸਕਦੇ। ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੀਆਂ ਚੋਣਾਂ 'ਚ ਵੀ ਤੁਸੀਂ, ਤੁਹਾਨੂੰ ਇੰਨੀਆਂ ਟਿਕਟਾਂ ਦੇ ਦਿੰਦੇ ਹਾਂ, ਤੁਸੀਂ ਸਾਡੇ ਚੋਣ ਨਿਸ਼ਾਨ 'ਤੇ ਲੜੋ, ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਹਾਂ। ਅਸੀਂ ਕਿਹਾ ਨਹੀਂ, ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਰਲ ਗਏ, ਅਸੀਂ ਇੱਕ ਸਿਧਾਂਤਕ ਤੌਰ 'ਤੇ ਅਕਾਲੀ ਹਾਂ, ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ, ਕਿਸੇ ਹੋਰ ਪਾਰਟੀ 'ਚ ਸਾਡਾ ਮਤਲਬ ਵੀ ਨਹੀਂ, ਸਾਡੀ ਆਪਦੀ ਪਾਰਟੀ 'ਚ ਨਾਰਾਜ਼ਗੀ ਹੈ, ਠੀਕ ਹੈ, ਅਸੀਂ ਤਾਂ ਅੱਡ ਹੈ, ਪਰ ਇਸ ਕਰਕੇ ਅੱਜ ਅਸੀਂ ਸ਼ਾਮਿਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਹੈ, ਕਿਉਂਕਿ ਅਸੀਂ ਹੋਰ ਪਾਸੇ ਸੋਚ ਹੀ ਨਹੀਂ ਸਕਦੇ। ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਉਹ ਜਦ ਇਹੋ ਜਿਹੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ। ਲੋਕ ਉਹਨਾਂ ਨੂੰ ਚਾਹੇ ਚੁੱਪ ਨੇ, ਪਰ ਉਹਨਾਂ ਦਾ ਮੌਕੇ 'ਤੇ ਆ ਕੇ ਜਵਾਬ ਜ਼ਰੂਰ ਦੇਣ। ਦੇਖੋ, ਉਹ ਤਾਂ ਲੀਡਰਸ਼ਿਪ ਕਰੂਗੀ, ਮੈਂ ਤਾਂ ਕੋਈ ਐਸੀ ਨਹੀਂ, ਪਰ ਪੰਜਾਬ ਦੇ ਇਸ਼ੂ ਸਾਰੇ ਹੀ ਰੱਖੂਗੇ ਅਕਾਲੀ ਦਲ, ਕਿਸਾਨੀ ਦੇ ਨੇ, ਸਿੱਖਾਂ ਦੇ ਨੇ, ਸਾਡੇ ਬੰਦੀ ਸਿੰਘਾਂ ਦਾ ਹੈ, ਸਾਡੇ ਚਾਹੇ ਅੰਮ੍ਰਿਤਪਾਲ ਇਸ਼ੂ ਹੈ, ਚਾਹੇ ਹੋਰ ਵੀ ਕਈ ਨੇ ਇਸ਼ੂ, ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਹਾਂ, ਅਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ, ਸਮਝੌਤਾ ਹੋਵੇ ਨਾ ਹੋਵੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਉਹਨਾਂ ਦਾ ਅੰਦਰ ਦਾ ਜਿਹੜਾ ਚੋਰ ਹੈ ਨਾ, ਉਹ ਸਾਹਮਣੇ ਆ ਰਿਹਾ। ਨਹੀਂ, ਜੇ ਈਡੀ ਨੇ ਤੁਹਾਨੂੰ ਫੜਨਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਹੀ ਫੜ ਦਿੰਦੀ, ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਈਡੀ ਨੂੰ? ਤੁਸੀਂ ਡਰ ਕੇ ਰਹੇ ਹੋ? ਜੇ ਉਹਨਾਂ ਦੇ ਕੋਈ ਸਵਾਲ ਨੇ ਉਹਦਾ ਜਵਾਬ ਦਿਓ ਜਾ ਕੇ।
ਜੇ ਪੇਸ਼ ਜੇ ਸੱਚੇ ਹੁੰਦੇ ਤਾਂ ਉੱਥੇ ਪੇਸ਼ ਹੋ ਕੇ ਗੱਲ ਕਰਦੇ ਵੀ ਆਹ ਦੱਸੋ ਵੀ ਆਹ ਮੁੱਦੇ ਨੇ, ਇਹ ਤੁਹਾਡੇ ਸਵਾਲ ਨੇ ਤਾਂ ਮੈਂ ਜਵਾਬ ਦੇਊਂਗਾ। ਤੇ ਕਿਸੇ ਸਾਹਿਬ ਦੋ ਦਸ਼ਕਾਂ ਤੋਂ ਲਗਾ ਲਓ ਤੁਸੀਂ 1996 ਤੋਂ ਬਾਅਦ ਕਦੇ ਵੀ ਰੂਲਿੰਗ ਪਾਰਟੀ ਦਾ ਸੰਗਰੂਰ ਦੇ ਵਿੱਚ ਐਮਪੀ ਨਹੀਂ ਜਿੱਤਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਹੁੰਦੀ ਹੈ ਪਰ ਉਹਦਾ ਐਮਪੀ ਨਹੀਂ ਜਿੱਤਦਾ ਹੈਗਾ ਕਦੇ? ਦੇਖੋ ਇਹ ਸਵਾਲ ਵੀ ਮੈਨੂੰ ਉਹੀ ਲੱਗਦਾ ਵੀ ਉਹੀ ਹੋਣਾ ਹੈਗਾ। ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ, ਕਿਉਂਕਿ ਮੈਨੂੰ ਵੀ ਤਕਰੀਬਨ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ, ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਹਿਲੇ ਦੋ ਸਥਾਨਾਂ 'ਚ ਆਮ ਆਦਮੀ ਪਾਰਟੀ ਪਹਿਲੇ ਦੋ ਸਥਾਨ ਨਹੀਂ ਪ੍ਰਾਪਤ ਕਰ ਸਕਦੀ, ਪਹਿਲੇ ਦੂਜੇ 'ਤੇ ਕੋਈ ਹੋਰ ਪਾਰਟੀਆਂ ਹੋਣਗੀਆਂ, ਇਹ ਨਹੀਂ ਆਉਂਦੇ।